ਹੁਣ ਸਾਡੇ ਨਾਲ ਬੀਐਸਪੀ ਦੇ ਪ੍ਰਧਾਨ ਸ਼੍ਰੀ ਰਸ਼ਪਾਰ ਰਾਜੂ ਜੀ ਮੌਜੂਦ ਹਨ ਆਓ ਅਸੀਂ ਗੱਲਬਾਤ ਕਰਦੇ ਹਾਂ ਜੀ ਰਸ਼ਪਾਰ ਰਾਜੂ ਜੀ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਪੁੱਛਾਂਗੇ ਜੋ ਐਸੀ ਐਕਟ ਦੇ ਸਬੰਧ ਵਿੱਚ ਇਹ ਮੁੱਦਾ ਭਖਿਆ ਹੋਇਆ ਹੈ ਭਾਰਤ ਦੇ ਵਿੱਚ ਇਸ ਲਈ ਬੀਐਸਪੀ ਦਾ ਇਸ ਬਾਰੇ ਕੀ ਰੁਖ ਹੈ ਬਹੁਜੋ ਸਮਾਜ ਪਾਰਟੀ ਵੱਲੋਂ ਇਸ ਦੀ ਨਿੰਦਿਆ ਕੀਤੀ ਗਈ ਸੀ ਬਹੁਜੋ ਸਮਾਜ ਪਾਰਟੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਪੰਡ ਕਮਾਦੀ ਮਾਇਆ ਭਤੀ ਜੀ ਸਾਬਕਾ ਮੁੱਖ ਮੰਤਰੀ ਉੱਤਰ ਪ੍ਰਦੇਸ਼ ਸਾਬਕਾ ਮੈਂਬਰ ਰਾਜ ਸਭਾ ਉਹਨਾਂ ਨੇ ਪਿਛਲੇ ਦਿਨੀ ਇਹ ਚੇਤਾਵਨੀ ਵੀ ਦਿੱਤੀ ਸੀ ਵੀ ਜਿਹੜਾ ਐਸਸੀ ਐਸਟੀ ਐਕਟ ਦੇ ਨਾਲ ਛੇੜਖਾਨੀ ਹੋਈ ਹੈ ਇਹ ਸੈਂਟਰ ਸਰਕਾਰ ਦੀ ਵਜ੍ਹਾ ਕਾਰਨ ਹੋਈ ਹੈ ਕਿਉਂਕਿ ਮਾਂ ਜੋ ਸੁਪਰੀਮ ਕੋਰਟ ਨੇ ਇਹਨਾਂ ਨੂੰ ਸਰਕਾਰ ਨੂੰ ਨੋਟਿਸ ਵੀ ਜਾਰੀ ਕੀਤਾ ਸੀ ਤੇ ਜਨਰਲ اٹਾਰਨੀ ਟੂ ਇੰਡੀਆ ਨੂੰ ਬੁਲਾਇਆ ਵੀ ਸੀ ਤਾਂ ਕਿ ਆਪਣਾ ਪੱਖ ਰੱਖ ਸਕਣ ਪਰ ਇਹਨਾਂ ਨੇ ਆਪਣਾ ਪੱਖ ਢਿੱਲਾ ਕਰਨ ਕਰਕੇ ਹੀ ਇਹ ਫੈਸਲਾ ਆਇਆ ਇਹ ਜਾਣਬੁੱਝ ਕੇ ਲਿਆ ਗਿਆ ਇੱਕ ਫੈਸਲਾ ਆ ਇਸ ਕਰਕੇ ਇਹਦੇ ਖਿਲਾਫ ਅੱਜ ਬਹੁਜ ਸ ਸਮਾਜ ਪਾਰਟੀ ਪੰਜਾਬ ਵੱਲੋਂ ਅਸੀਂ ਰੋਜ਼ ਪ੍ਰਦਰਸ਼ਨ ਕੀਤੇ ਆ ਜ਼ਿਲ੍ਹਾ ਹੈੱਡਕੁਆਟਰਾਂ ਤੇ ਅ ਰੋਜ਼ ਸਮਾਚ ਵੀ ਕੀਤੀ ਆ ਔਰ ਅੱਜ ਇੰਨਾ ਜੋਸ਼ ਸੀ ਲੋਕਾਂ ਵਿੱਚ ਬੇ ਲੋਕ ਘਰਾਂ ਚੋਂ ਬਾਹਰ ਆ ਗਏ ਔਰ ਨੀਲੇ ਝੰਡੇ ਹੇਠ ਲੋਕਾਂ ਨੇ ਇੱਕ ਬਹੁਤ ਹੀ ਸਵਿਧਾਨਿਕ ਢੰਗ ਦੇ ਨਾਲ ਅਰੋਸ ਮਜਾਰੇ ਕੀਤੇ ਆ ਔਰ ਧਰਨੇ ਵੀ ਦਿੱਤੇ ਆ ਔਰ ਮਾਨਯੋਗ ਗਵਰਨਰ ਸਾਹਿਬ ਦੇ ਨਾਂ ਤੇ ਅਸੀਂ ਮੈਮੋਰੰਡਮ ਵੀ ਦਿੱਤੇ ਆ ਤੇ ਜਿਹੜਾ ਕਿ ਸਰਕਾਰ ਨੂੰ ਹਲਾ ਦੇਣ ਵਾਲਾ ਅੱਜ ਦਾ ਜਿਹੜਾ ਸੰਘਰਸ਼ ਸੀ ਇਹ ਸੰਘਰਸ਼ ਜਿਹੜਾ ਆ ਅੱਜ ਹੁਣੇ ਖਤਮ ਹੋਇਆ ਤੇ ਬਹੁਜ ਸਮਾਜ પાર્ટી ਦੀ ਘੋਲ ਦਿੰਦੇ ਆ ਵੀ ਕਰਦੀ ਆ ਔਰ ਚੇਤਾਵਨੀ ਵੀ ਦਿੰਦੀ ਆ ਵੀ ਜੇਕਰ ਇਹੋ ਜਿਹੀ ਸਥਿਤੀ ਸਵਿਧਾਨ ਨੂੰ ਬਦਲਣ ਵਾਲੀ ਗੱਲ ਕਿਉਂਕਿ ਇਹਨਾਂ ਨੇ ਵਾਰ-ਵਾਰ ਕਹੀ ਆ ਬੇਸਬਦਾਨ ਨੂੰ ਬਦਲਾਂਗੇ ਇਹ ਜੋ ਕੁਝ ਵੀ ਹੋ ਰਿਹਾ ਸਬਦਾਨ ਨੂੰ ਬਦਲਣ ਦੀ ਹੀ ਇੱਕ ਪ੍ਰਕਿਰਿਆ ਆ ਜਿਹੜਾ ਕਿ ਸਾਡੇ ਹੱਕ ਹੋਏ ਜਾ ਰਹੇ ਆ ਤੇ ਇਸ ਕਰਕੇ ਇਹਦੇ ਤੇ ਹੈਜੀਟੇਸ਼ਨ ਕਰਾਂਗੇ ਅੱਗੇ ਨੂੰ ਵੀ ਕਰਦੇ ਰਹਿਣਾ ਪ੍ਰਧਾਨ ਸਾਹਿਬ ਜਿਹੜਾ 2 April ਨੂੰ ਤੁਸੀਂ ਪ੍ਰੋਗਰਾਮ ਲਿਕਾ ਉਸ ਦਿਨ ਤੁਸੀਂ ਕੀ ਕਰਨ ਜਾ ਰਹੇ ਹੋ ਜੋ ਭਾਰਤ ਬੰਦ ਦੀ ਕਾਲ ਦਿੱਤੀ ਹੈ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ ਪੰਜਾਬ ਬੰਦ ਦੀ ਜਿਹੜੀ ਕਾਲ ਵਖ ਵਖ ਜਿ세 ਬੰਦੀਆਂ ਬੰਨ੍ਹ ਦਿੱਤੀ ਗਈ ਹੈ ਇਹ ਸੈਂਟਰਲ ਹਾਈ ਕਮਾਂਡ ਤੋਂ ਅਸੀਂ ਇਹਦਾ ਫੈਸਲਾ ਹੁਕਮ ਲੈ ਲਿਆ ਉਹਦਾ ਜਿਹੜਾ ਖਲਾਸਾ ਆ ਉਹ ਮੈਂ ਕੱਲ ਨੂੰ 31 ਤਰੀਕ ਨੂੰ ਸ਼ਾਮ ਨੂੰ ਪ੍ਰੈਸ ਵਿੱਚ ਕਰੂੰਗਾ ਤੇ ਇਸ ਕਰਕੇ ਇਹ ਕੋਈ ਅੱਜ ਦੱਸਣ ਵਾਲੀ ਗੱਲ ਨਹੀਂ ਹੈ ਕਿਉਂਕਿ ਅੱਜ ਤਾਂ ਬਹੁਤ ਜੀ ਸਮਾਜ ਪਾਰਟੀ ਨੇ ਜਿਹੜਾ ਪੰਜਾਬ ਵਿੱਚ ਸੰਘਰਸ਼ ਕੀਤਾ ਸੀ ਉਹ ਅੱਜ ਖਤਮ ਹੋਇਆ ਪ੍ਰਧਾਨ ਸਾਹਿਬ ਕੇਂਦਰੀ ਮੰਤਰੀ ਸ਼੍ਰੀ ਵਿਜੇ ਸਾਹਬ ਲਈ ਦਾ ਕਹਿਣਾ ਹੈ ਕਿ ਉਹਨਾਂ ਨੇ ਮੰਗਾਂ ਮੰਨ ਲਈਆਂ ਹਨ ਤੇ ਜਿਹੜਾ ਕਿ 2 April ਦਾ ਭਾਰਤਵੰਦ ਸੱਤਾ ਇਹ ਬੋਏ ਬੁਨਿਆਦ ਦਾ ਕੇਸ ਦਿਨ ਧਾਨਾ ਦੇਣ ਦੀ ਕੋ ਲੋੜ ਨਹੀਂ ਜੋ ਕਿ ਸੁਪਰੀਮ ਕੋਰ ਦੇ ਵਿੱਚ ਪਟੀਸ਼ਨ ਰਿਵਿਊ ਲਈ ਮੋਦੀ ਜੀ ਆਪਣਾ ਹਰ ਇੱਕ ਸੰਭਵ ਕਦਮ ਚਾਰੀ ਰੱਖ ਰਹੇ ਆ ਮਾਂ ਜੋ ਬਿਜੈ ਸੰਪਲ ਜੋ ਤੁਹਾਨੂੰ ਕਿਹਾ ਕਿਉਂਕਿ ਇਹਨਾਂ ਦਾ ਹੱਕ ਆ ਬੋਲਣਾ ਜੋ ਕਿਸੇ ਵੀ ਪਾਰਟੀ ਦਾ ਹੈਡ ਕਹਿੰਦਾ ਤਾਂ ਜਿਹੜੇ ਲੋਕ 바ਵਾ ਸਾਹਿਬ ਡਾਕਟਰ ਅਬੈਡਕਲ ਦੇ ਰਜਿਸਟ੍ਰੇਸ਼ਨ ਦਿੱਤੀ ਹੋਈ ਰਜਿਸਟ੍ਰੇਸ਼ਨ ਵਿੱਚੋਂ ਚੁਣ ਕੇ ਜਾਂਦੇ ਆ ਉਹ ਐਮਐਲਏ ਐਮਪੀ ਬਣਦੇ ਆ ਲੇਕਿਨ ਉਹ ਐਮਐਲਏ ਐਮਪੀ ਤਾਂ ਬਣ ਜਾਂਦੇ ਆ ਮੰਤਰੀ ਵੀ ਬਣ ਜਾਂਦੇ ਆ ਲੇਕਿਨ ਉਹਨਾਂ ਨੂੰ ਬੋਲਣ ਦਾ ਅਧਿਕਾਰ ਨਹੀਂ ਹੁੰਦਾ ਜਿੱਦਾਂ ਪਹਿਲਾਂ ਮਨੁਸੰਮਤੀ ਵਿੱਚ ਦਲਤਾਂ ਨੂੰ ਬੋਲਣ ਦਾ ਅਧਿਕਾਰ ਨਹੀਂ ਸੀ ਅਸੀਂ ਬੋਲ ਨਹੀਂ ਸਕਦੇ ਸੀ ਅਸੀਂ ਇਕੱਠੇ ਨਹੀਂ ਹੋ ਸਕਦੇ ਸੀ ਸੁਣ ਨਹੀਂ ਸਕਦੇ ਸੀ ਲੇਕਿਨ ਇਸੇ ਤਰ੍ਹਾਂ ਮੈਨੂੰ ਲੱਗ ਰਿਹਾ ਵੇ ਅੱਜ ਤਕਰੀਬਨ ਰਿਆਦਮਾ ਸੀਟਾਂ ਤੋਂ 120 ਦੇ ਕਰੀਬ ਐਮਪੀ ਚੁਣ ਕੇ ਗਏ ਹੋ ਜਿਹਦੇ ਵਿੱਚ ਮਾਨਜੋਗ ਵਿਜੇ ਸੰਪਲਾਵੀ ਆ ਤੇ ਇਹ ਚਾਹੀਦਾ ਸੀ ਇਹਨਾਂ ਨੂੰ ਆਪਣਾ ਰਿਜਾਈਨ ਕਰਕੇ ਵਾਪਸ ਆ ਜਾਂਦੇ ਕਿਉਂਕਿ ਦਲਤਾਂ ਦੇ ਜ਼ੁਲਮ ਹੋਏ ਆ ਸੰਵਧਾਨ ਨੂੰ ਬਦਲਦੀ ਗੱਲ ਹੋ ਰਹੀ ਆ ਸੰਵਧਾਨ ਨੂੰ ਬਦਲਿਆ ਜਾ ਰਿਹਾ ਅੱਜ ਆਰਐਸਐਸ ਭਾਰੀ ਹੋ ਰਹੀ ਆ ਲੇਕਿਨ ਅ ਅੱਜ ਜੇ ਇੱਕ ਮੰਥਰੀ ਸਾਹਿਬ ਕਹਿੰਦੇ ਆ ਵੀ ਇਹ ਜਿਹੜਾ ਹੁਣ ਨਹੀਂ ਸੰਘਰਸ਼ ਕਰਨਾ ਚਾਹੀਦਾ ਦਾ ਸੰਗਠਨ ਚ ਜਾਰੀ ਆ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਇਹ ਜਿਹੜਾ ਐਸਸੀਐਸਟੀ ਐਕਟ ਆ ਮੁੜ ਕੇ ਸੰਜੀਵ ਨਹੀਂ ਹੋ ਜਾਂਦਾ ਪ੍ਰਵਾਹਸ਼ਾਲੀ ਨਹੀਂ ਹੋ ਜਾਂਦਾ ਕਿਉਂਕਿ ਹੁਣ ਵਿਸ਼ਵਾਸ ਟੁੱਟ ਗਿਆ ਇਹਨਾਂ ਤੋਂ ਹੁਣ ਉਹ ਗੱਲ ਨਹੀਂ ਹੈ ਜੀ ਪਰ ਪ੍ਰਧਾਨ ਸਾਹਿਬ ਉਹ ਵੀ ਇੱਕ ਦਲਿਤ ਲੀਡਰ ਆ ਜੋ ਕਿ ਪੰਜਾਬ ਦੇ ਪ੍ਰਧਾਨ ਵੀ ਆ ਕੇਂਦਰੀ ਮੰਤਰੀ ਵੀ ਆ ਉਹਨਾਂ ਵੱਲ ਵੀ ਵਾ ਵਾ ਕਿਹਾ ਜਾ ਰਿਹਾ ਕਿਵੇਂ ਪੰਜਾਬ ਦੇ ਦਲਿਤ ਲੋਕਾਂ ਦੀ ਆਵਾਜ਼ ਚੁੱਕਣ ਦੇ ਲਈ ਕੇਂਦਰ ਦੇ ਵਿੱਚ ਗਿਆਹਾ ਜੋ ਕਿ ਬਹੁਤ ਵੱਡੇ ਮੈਂ ਉਹਨਾਂ ਦੀਆਂ ਆਵਾਜ਼ਾਂ ਵੀ ਚੁੱਕੀਆਂ ਤੇ ਉਹਨਾਂ ਦੇ ਜਿਹੜੇ ਕਿ ਮੋਸਰਾਂ ਦੇ ਦਿਲ ਤੇ ਪਰਿਵਾਰਾਂ ਦੇ ਹੱਲ ਵੀ ਕਰਵਾਏ ਹਨ ਇਹ ਤਾਂ ਤੁਹਾਡੇ ਸਾਹਮਣੇ ਆ ਕਿਉਂਕਿ ਰਿਕਾਰਡ ਹੁੰਦਾ ਪਾਰਲੀਮੈਂਟ ਵਿੱਚ ਹਰ ਗੱਲ ਜਿਹੜੀ ਵੀ ਅਸੀਂ ਗੱਲ ਕਰਦੇ ਹਾਂ ਉਹਦਾ ਇੱਕ ਇੱਕ ਸਕਿੰਡ ਦਾ ਰਿਕਾਰਡ ਰੱਖਿਆ ਜਾ ਰਿਹਾ ਔਰ ਕਿੰਨਕ ਮਾਂਜੋਗ ਸੈਪਲਾ ਸਾਹਿਬ ਜਿਹੜੇ ਆ ਸਾਡੇ ਭਾਜਪਾ ਦੇ ਪੰਜਾਬ ਦੇ ਪ੍ਰਧਾਨ ਆ ਉਹ ਕਿੰਨੀ ਕਿ ਦਲਤਾਂ ਦੀ ਗੱਲ ਕਰਦੇ ਆ ਹੁਣ ਗੱਲ ਸਾਹਮਣੇ ਆ ਕਿਉਂਕਿ ਜਿਸ ਦਿਨ ਤਾਂ SC ST ਐਕਟ ਦੇ ਨਾਲ ਛੇੜਖਾਨੀ ਹੋਈ ਆ ਉਸ ਦਿਨ ਤੋਂ ਕਿੰਨੇ ਕਿ ਦਲਤਾ ਨਾਲੇ ਖੜੇ ਹੋਏ ਆ ਔਰ ਕਿੰਨਾ ਇਹਨਾਂ ਲੋਕਾਂ ਨੇ ਆਵਾਜ਼ ਬੰਦ ਲੰਦ ਕੀਤੀ ਆ ਕਿੰਨਾ ਕਿ ਜਾ ਕੇ ਆਪਣੇ ਲੋਕਾਂ ਨੂੰ ਇਕੱਠੇ ਕਰਕੇ ਇਹਨਾਂ ਨੇ ਮਜਾਦਾ ਕੀਤਾ ਪਾਰਲੀਮੈਂਟ ਵਿੱਚ ਅਰੋਸ ਮਜਾਦਾ ਕੀਤਾ ਜਾਂ ਜਾਂ ਮੋਦੀ ਨੂੰ ਘੇਰਿਆ ਇਹ ਗੱਲ ਸਾਨੂੰ ਤਾਂ ਕਦੇ ਨਜ਼ਰ ਨਹੀਂ ਆਈ ਜੀ ਇਸ ਕਰਕੇ ਬੌਝਨ ਸਮਾਜ ਪਾਰਟੀ ਜਿਹੜੀ ਆ ਇਹ ਸੰਘਰਸ਼ ਜਾਰੀ ਰੱਖੇਗੀ ਕਿਉਂਕਿ ਉਦੋਂ ਤੱਕ ਜਦੋਂ ਤੱਕ ਦਲਤਾਂ ਨਾਲੇ ਜ਼ੁਲਮ ਬੰਦ ਨਹੀਂ ਹੁੰਦੇ ਜਦੋਂ ਤੱਕ ਸਾਡੇ ਸੰਵਿਧਾਨ ਨਾਲ ਛੇੜਖੰਦੀ ਬੰਦ ਨਹੀਂ ਹੁੰਦੀ ਜਦੋਂ ਤੱਕ ਐਸ்சி ਐਸਟੀ ਐਕਟ ਜਿਹੜਾ ਇਹ ਪ੍ਰਭਾਵਸ਼ਾਲੀ ਨੂੰ ਦੁਬਾਰਾ ਨਹੀਂ ਬਣਾਇਆ ਜਾਂਦਾ ਉਦੋਂ ਤੱਕ ਬਸ ਪਾ ਸੰਘਰਸ਼ ਚੱਲੀ ਰਹੇ ਬਹੁਜ ਸਮਾਜ ਪਾਰਟੀ ਤੋਂ ਬਗੈਰ ਹੋਰ ਕਿਹੜੀ ਕਿਹੜੀਆਂ ਪਾਰਟੀਆਂ ਇਸ ਵਿੱਚ ਸਮਰਥਨ ਦੇ ਰਹੀਆਂ ਦੇਖੋ ਇਹ ਹਜੇ ਸਮਾਂ ਆਏਗਾ ਕਿਉਂਕਿ ਬਹੁਜ ਸਮਾਜ ਪਾਰਟੀ ਨੇ ਤਾਂ ਅੱਜ ਲਿਖਿਆ ਸੀ ਪ੍ਰੋਗਰਾਮ ਆਪਣਾ ਉਹ ਉਹ ਫਾਈਨਲ ਕੀਤਾ ਤੇ ਅੱਗੇ ਵੀ ਐਲਾਨ ਕੀਤਾ ਅਸੀਂ ਇੱਕ ਅੱਧਾ ਦਿਨ ਦੇਖਦੇ ਆਂ ਦੇਖਣ ਤੋਂ ਬਾਅਦ ਕੱਲ ਨੂੰ ਸ਼ਾਮ ਤੱਕ ਅਸੀਂ ਜੋ ਐਲਾਨ ਕਰਾਂਗੇ ਕਿਉਂਕਿ ਸਾਰੇ ਜਥੇਬੰਦੀਆਂ ਨੂੰ ਔਰ ਪ੍ਰਭਾਤਰੀ ਜਥੇਬੰਦੀਆਂ ਨੂੰ ਦਲਿਤ ਜਥੇਬੰਦੀਆਂ ਨੂੰ ਮੁਸਲਮਨ ਈਸਾਈ ਪਾਸੀ ਬੋਧੀ ਕ੍ਰਿਸਚੀਅਨ ਸਿੱਖ ਮੈਂ ਸਾਰੇ ਨੂੰ ਅਪੀਲ ਕਰਦਾ ਕਿ ਇਹ ਜਿਹੜਾ ਇੱਕ ਅੱਜ ਜ਼ੁਲਮ ਹੋ ਰਿਹਾ ਇਸ ਕਰਕੇ ਹੋ ਰਿਹਾ ਕਿਉਂਕਿ ਅਸੀਂ ਸਾਨੂੰ ਇਹਨਾਂ ਨੇ ਵਟਵਾਰਾ ਪਾਇਆ ਇਹਨਾਂ ਨੇ ਸਾਨੂੰ ਵੰਡ ਕੇ ਰੱਖਿਆ ਆ ਜਦੋਂ ਕਿ ਉਹ ਜਿਹੜਾ ਇੱਕ ਸਮਾਜ ਸੀ ਜਦੋਂ ਇਹਨਾਂ ਲੋਕਾਂ ਨੇ ਸਾਨੂੰ ਬੰਡਿਆ ਸੀ ਅੱਜ ਇੱਕ ਸਰਬ ਸਮਾਜ ਬਣਨਾ ਚਾਹੀਦਾ ਸੀ ਕਿਉਂਕਿ ਸਾਫ ਸ੍ਰੀ ਕਾਂਸ਼ੀਦਾਨ ਜੀ ਨੇ ਨਾੜਾ ਦਿੱਤਾ ਜਾਤ ਤੋੜੋ ਸਮਾਜ ਜੋੜੋ ਦਾ ਲੇਕਿਨ ਅੱਜ ਅਸੀਂ ਸਾਰੇ ਹੀ ਸੰਗਤਾਂ ਨੂੰ ਸਾਰੇ ਹੀ ਜਿੰਨੇ ਵੀ ਦੁਖੀ ਦਰਦ ਦੇ ਨਾਲ ਅੱਜ ਦਲਦ ਮਹਿਸੂਸ ਕਰ ਰਹੇ ਆ ਉਹਨਾਂ ਨੂੰ ਅਪੀਲ ਕਰਦੇ ਆਂ ਵੀ ਬਹੁਜਨ ਸਮਾਜ ਪਾਰਟੀ ਦੇ ਨੀਲੇ ਝੰਡੇ ਹੇਠ ਸੰਘਰਸ਼ ਵਿੱਚ ਸ਼ਾਮਲ ਹੋਵੋ ਕਿਉਂਕਿ ਤਦ ਹੀ ਸਾਡਾ ਪਾਦਰਤਾ ਦਾ ਹੋ ਸਕਦਾ ਨਹੀਂ ਤਾਂ ਇਹਨਾਂ ਲੋਕਾਂ ਨੇ ਸਾਨੂੰ ਗੁਲਾਮ ਬਣਾ ਦੇਣਾ ਤਾਂ ਇਹਨਾਂ ਲੋਕਾਂ ਨੇ ਕਿਦਾਂ ਅੱਜ ਐਮਐਲਏ ਜਾਂ ਮੰਤਰੀ ਜਿਹੜੇ ਅਰਜਬੇਸ਼ਨ ਚੋਂ ਗਏ ਆ ਜਾਂ ਉਹਨਾਂ ਦੇ ਜਿੱਦਾਂ ਮੂੰਹ ਬੰਦ ਆ ਤੇ ਇਸੇ ਤਰ੍ਹਾਂ ਕਿਤੇ ਸਾਡੇ ਮੂੰਹਾਂ ਨੂੰ ਵੀ ਇਹ ਲੋਕਡਾਉਨ ਲਾ ਦੇਣ ਇਸ ਕਰਕੇ ਸਾਨੂੰ ਅੱਗੇ ਆਉਣਾ ਚਾਹੀਦਾ ਸੜਕਾਂ ਤੇ ਨਿਕਲਣਾ ਚਾਹੀਦਾ ਕਿਉਂਕਿ ਹੁਣ ਉਹ ਸਮਾਂ ਬਦਲ ਚੁੱਕਾ ਆ ਕਿਉਂਕਿ ਹੁਣ ਵਾਰੀ ਆਈ ਆ ਸੜਕ ਤੇ ਉੱਤਣ ਦੀ ਇਸ ਕਰਕੇ ਬਹੁਜਨ ਸਮਾਜ ਪਾਰਟੀ ਦੇ ਨੀਲੇ ਝੰਡੇ ਹੇਠ ਸਾਨੂੰ ਇਕੱਠੇ ਹੋ ਕੇ ਸੰਘਰਸ਼ ਕਰਨਾ ਪ੍ਰਧਾਨ ਸਾਹਿਬ ਬਾਹਰਲੇ ਮੌਲਕਾਂਵਾ ਕੀ ਭਾਰਤ ਦੇ ਵਿੱਚ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਸਾਰੀਆਂ ਜਾਤਾਂ ਪਾਤਾਂ ਨੂੰ ਤੋੜ ਕੇ ਸਭ ਜਿਹੜੇ ਸਮਾਜ ਦੇ ਵਿੱਚ ਲੋਕ ਆ ਇਨਸਾਨ ਆ ਉਹਨਾਂ ਨੂੰ ਇੱਕੋ ਜਿਹਾ ਦੇਖਿਆ ਜਾ ਸਰਕਾਰਾਂ ਇਸ ਕੀ ਯਮ ਜੋਦਨ ਪਾ ਰਹੀਆਂ ਜੋ ਕਿ ਇਸ ਲੜਾਈ ਦੀ ਲੋੜ ਹੀ ਨਾ ਪਵੇ ਚਾਹੇ ਕੋਈ ਵੀ ਜਾਦ ਉਸ ਨੂੰ ਨੀਵੀਂ ਅੱਖ ਨਾਲ ਨਾ ਦੇਖਿਆ ਜਾਵੇ 바ਵਾ ਸਾਹਿਬ ਡਾਕਟਰ ਮੇਟਕਰ ਨੇ ਇਸੇ ਕਰਕੇ ਇਤਿਹਾਸਿਕ ਵੀ ਅੱਜ ਲੋੜ ਆ ਕਿਉਂਕਿ ਇਹ ਸਿਸਟਮ ਇੱਕ ਪੁੱਠਾ ਸੀ ਸਾਡੇ ਦੇਸ਼ ਦਾ ਵੀ ਸਾਡੇ ਦੇਸ਼ ਵਿੱਚ ਸ਼ੁੱਧਲ ਤੇ ਅਤੀ ਸ਼ੁੱਧ ਲੋਕ ਬਣਾਏ ਗਏ ਔਰ ਸ਼ੇਹ ਜਾਂ ਤੋਂ ਵੱਧ ਜਾਤਾਂ ਵਿੱਚ ਸਾਨੂੰ ਵੰਡ ਕੇ ਰੱਖ ਦਿੱਤਾ ਗਿਆ ਔਰ 3700 ਤੋਂ ਵੱਧ ਜਾਤਾਂ ਵਿੱਚ ਬੈਕਵਰਡ ਕਲਾਸ ਨੂੰ ਵੰਡਿਆ ਗਿਆ ਇਹ ਇਹ ਸਿਸਟਮ ਕਿਹਦਾ ਸੀ ਇਹ ਮੰਦੂਬਾ ਦੀ ਸਿਸਟਮ ਸੀ ਹਿੰਦੂਵਾਦੀ ਸਿਸਟਮ ਸੀ ਕਿਉਂਕਿ ਅੱਜ ਵੀ ਉਹ ਲਾਗੂ ਦਾਖ ਰਹੇ ਆ ਲੇਕਿਨ ਇਹ ਹੋ ਸਕਦਾ ਕਿਉਂਕਿ ਬੋਝਨ ਸਮਾਜ ਪਾਰਟੀ ਹੀ ਮਾਨਵਤਾ ਦੀ ਗੱਲ ਕਰਦੀ ਆ ਬੋਝਨ ਸਮਾਜ ਪਾਰਟੀ ਜਾਤਾਂ ਨੂੰ ਤੋੜ ਕੇ ਇੱਕ ਸਮਾਜ ਬਣਾਉਣਾ ਚਾਹੁੰਦੀ ਆ 85% ਲੋਕ ਜਿਨ੍ਹਾਂ ਲੋਕਾਂ ਤੇ ਜ਼ੁਲਮ ਹੁੰਦਾ ਤਸ਼ੱਦਦ ਹੁੰਦਾ ਜਿਹੜੇ ਲੋਕ 15% ਲੋਕ ਜਿਹੜੇ ਸਾਡੇ ਤੇ ਹਾਵੀ ਆ ਉਹਨਾਂ ਨੂੰ ਛੱਡ ਕੇ ਪਾਵਾ ਕੋ ਬ੍ਰਾਹਮਣ ਵਾਣੀਆਂ ਖੱਤਰੀ ਰਾਜਪੂਤ ਕਿਉਂ ਨਾ ਹੋਵੇ ਜਿਹੜਾ ਬੰਦਾ ਮਾਨਵਤਾ ਦੀ ਗੱਲ ਕਰਦਾ ਜਿਹੜਾ ਬੰਦਾ ਕਹਿੰਦਾ ਮਨੁੱਖੀ ਜਾਤ ਸਭ ਇੱਕ ਹੀ ਪਹਿਚਾਨ ਮੋਦਾ ਨਾੜਾ ਲਾਉਣ ਵਾਲਾ ਕੋਈ ਵੀ ਹੋ ਸਕਦਾ ਉਹ ਬਹੁਜਨ ਸਮਾਜ ਪਾਰਟੀ ਵਿੱਚ ਸ਼ਾਮਿਲ ਹੋ ਸਕਦਾ ਔਰ ਅਸੀਂ ਇਹ ਜਾਤਾਂ ਨੂੰ ਤੋੜ ਕੇ ਇੱਕ ਸਮਾਜ ਬਣਾ ਰਹੇ ਹਾਂ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਕਿਉਂਕਿ ਦੇਸ਼ ਵਿੱਚ ਹਜੇ ਇਦਾਂ ਦਾ ਕੋਈ ਬੋਲਵਾਲਾ ਨਹੀਂ ਹੈ ਕਿਉਂਕਿ ਅੱਜ ਸੈਂਟਰ 'ਚ ਭਾਜਪਾ ਦਾ ਰਾਜ ਆ ਭਾਜਪਾ ਆ ਦਾ ਸਸ ਦੇ ਇਸ਼ਾਰੇ ਤੇ ਚੱਲਦੀ ਆ ਤੇ ਇਹ ਕਹਿ ਰਹੇ ਆ ਕਿਉਂਕਿ ਇਹਨਾਂ ਦੇ ਮੰਤਰੀ ਖੁੱਲ੍ਹੇਆਮ ਕਹਿ ਰਹੇ ਆ ਵੀ ਅਸੀਂ ਸੰਵਿਧਾਨ ਨੂੰ ਬਦਲ ਨਹੀਂ ਆਏ ਆ ਕਿਉਂਕਿ ਇਹਨਾਂ ਨੂੰ ਅਸੀਂ ਮੋਢੇ ਤੇ ਬਿਠਾਇਆ ਤਾਂ ਇਹਨਾਂ ਨੂੰ ਮੋਢੇ ਤੇ ਲਾਉਣ ਆਏ ਆ ਕਿਉਂਕਿ ਇਹ ਲੋਕ ਇਹਦਾ ਮਤਲਬ ਅੱਜ ਵੀ ਜਾਤੀ ਪ੍ਰਥਾ ਵਿੱਚ ਵਿਸ਼ਵਾਸ ਰੱਖਦੇ ਆ ਅੱਜ ਵੀ ਇਹ ਸਾਨੂੰ ਜਾਤਾਂ ਵਿੱਚ ਵੰਡ ਕੇ ਰੱਖਣਾ ਚਾਹੁੰਦੇ ਆ ਅੱਜ ਵੀ ਸਾਨੂੰ ਮੁੜ ਕੇ ਗੁਲਾਮ ਬਣਾਉਣਾ ਚਾਹੁੰਦੇ ਆ ਇਸ ਕਰਕੇ ਬੌਝਨ ਸਮਾਜ ਪਾਰਟੀ ਇਹਨਾਂ ਦੇ ਕੋਲ ਨਿੰਦਿਆ ਕਰਦੀ ਆ ਔਰ ਸਾਰਿਆਂ ਨੂੰ ਸੱਦਾ ਦਿੰਦੀ ਆ ਵੀ ਆਓ ਆਪਾਂ ਨੀਲੇ ਝੰਡੇ ਦੇ ਹੇਠ ਬੌਝਨ ਸਮਾਜ ਬਣਾਈਏ ਤਾਕੇ ਜਾਤਾਂ ਪਾਤਾਂ ਤੋਂ ਛਟਕਾਰਾ ਪਾ ਸਕੀਏ ਤਾਂ ਕਿ ਇਹ ਜਿਹੜੇ ਲੋਕ ਸਾਨੂੰ ਗੁਲਾਮ ਬਣਾਉਣਾ ਚਾਹੁੰਦੇ ਆ ਇਹਨਾਂ ਬਦੁੱਦ ਇੱਕ ਬਹੁਤ ਵੱਡਾ ਜਿਹੜਾ ਭੈਣ ਜੀ ਨੇ ਅੰਦੋਲਨ ਸੰਗਾਸ਼ ਅਲੀ kiya ਉਹਦੇ ਵਿੱਚ ਸਹਿਯੋਗੀ ਹੋਈਏ ਜੈ ਭੀਮ ਜੈ ਭਾਲ ਪ੍ਰਧਾਨ ਸਾਹਿਬ ਇਸ ਵਕਤ ਤੁਹਾਨੂੰ ਕਾਂਚੀ ਟੀਵੀ ਤੇ ਪੂਰੇ ਯੂਕੇ ਯੂਰਪ ਤੇ ਪੂਰੇ ਵਰਲਡ ਦੇ ਵਿੱਚ ਸੰਗਤਾਂ ਦੇਖ ਰਹੀਆਂ ਬਾਹਰੋਂ ਅਸੀਂ ਸਮਾਜ ਖਾਸ ਤੌਰ ਤੇ ਕਿਸ ਤਰ੍ਹਾਂ ਇਸ ਮੁੱਦੇ ਦੇ ਮਦਦ ਕਰ ਸਕਦਾ ਹੈ ਪੰਜਾਬ ਦੇ ਵਿੱਚ ਲੋਕਾਂ ਦੀ ਅਸੀਂ ਐਨਆਰ ਦੀ ਜਿਹੜੇ ਐਨਆਰ ਦੀ ਜਿਹੜੇ ਵੀਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰੀਆ ਕਿਉਂਕਿ ਜਿਹੜੇ ਵਿਦੇਸ਼ੀ ਸਾਡੇ ਐਸਸੀ ਬੀਸੀ ਸਾਥੀ ਆ ਉਹ ਬਹੁਜਨ ਸਮਾਜ ਪਾਰਟੀ ਦਾ ਬਹੁਤ ਸਹਿਯੋਗ ਕਰ ਰਹੇ ਆ ਉਹ ਸਾਨੂੰ ਗਾਹੇ-ਗਾਹੇ ਆਪਣੇ ਸੋਚ ਤੇ ਵਿਚਾਰਾਂ ਵੀ ਭੇਜਦੇ ਆ ਸਾਡਾ ਤਨੋਂ ਮਨੋਂ ਤਦੋਂ ਸਹਿਯੋਗ ਵੀ ਕਰਦੇ ਆ ਤੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਆ ਉਹ ਮੈਂ ਇਹੀ ਆਸ ਕਰਦਾ ਵੀ ਉਹ ਬਹੁਜਨ ਸਮਾਜ ਪਾਰਟੀ ਨਾਲ ਜੁੜੇ ਰਹਿਣ ਔਰ ਲੋਕਾਂ ਦੀ ਗੱਲ ਨੂੰ ਇੱਧਰ ਉੱਧਰ ਨਾ ਸੁਣਨਾ ਲੇਕਿਨ ਜੇ ਕੋਈ ਗੱਲ ਕਰਨੀ ਚਾਹੁੰਦੇ ਤਾਂ ਸਿੱਧਾ ਰابطਾ ਕਾਇਮ ਰੱਖਣਾ ਕਿਉਂਕਿ ਬਹੁਜੋ ਸਮਾਜ ਪਾਰਟੀ ਉਹਨਾਂ ਦੀ ਆਪਣੀ ਪਾਰਟੀ ਆ ਉਹ ਸਾਡੇ ਇਥੋਂ ਗਰੀਬਾਂ ਦੇ ਪਰਿਵਾਰਾਂ ਚੋਂ ਗਏ ਆ ਏ ਬਾਬਾ ਸਾਹਿਬ ਡਾਕਟਰ ਵਿਟਕਰ ਦਾ ਇੱਕ ਇੱਕ ਕਮਾਲ ਸੀ ਜਿਨ੍ਹਾਂ ਨੇ ਸਾਨੂੰ ਵਿਦੇਸ਼ਾਂ 'ਚ ਭੇਜਿਆ ਨਹੀਂ ਤਾਂ ਸਾਨੂੰ ਨਾਲ ਦੇ ਪਿੰਡ ਵਿੱਚ ਆਪਣੇ ਪਿੰਡ ਦੇ ਵਿੱਚ ਹੀ ਜਾਣ ਦਾ ਕੋਈ ਹੱਕ ਨਹੀਂ ਹੁੰਦਾ ਸੀ ਉਹ ਵੀ ਹੱਥ ਫੇਰ ਟਲਕੜ ਕਾ ਕੇ ਲੰਘਦੇ ਹੁੰਦੇ ਸੀ ਲੇਕਿਨ ਉਹ ਤਾਂ ਬਾਬਾ ਸਾਹਿਬ ਡਾਕਟਰ ਵਿਟਕਰ ਦੀ ਕਿਰਪਾ ਹੋਈ ਉਹਨੇ ਇਹ ਸੰਵਧਾਨ ਬਣਾਇਆ ਅਸੀਂ ਵਿਦੇਸ਼ਾਂ ਵਿੱਚ ਗਏ ਆ ਲੇਕਿਨ ਅੱਜ ਸਾਰੇ ਐਨਆਰਆਈ ਜਿਹੜੇ ਭਰਾ ਆ ਪਵਾ ਜਿੱਥੇ ਮर्जी ਦਿੰਦੇ ਆ ਉਹ ਬਹੁਜ ਸਮਾਜ ਪਾਰਟੀ ਦੇ ਨਾਲ ਆ ਤੇ ਮੈਂ ਉਹਨਾਂ ਦਾ ਧੰਨਵਾਦੀ ਵੀ ਆ ਔਰ ਮੈਂ ਆਸ ਕਰਦਾ ਦੇ ਆਉਣ ਵਾਲਾ ਸਮਾਂ ਬਹੁਤ ਸੰਘਰਸ਼ਮਈ ਆ ਔਰ ਆਉਣ ਵਾਲੇ ਸਮੇਂ ਚ ਜਿਹੜਾ ਇੱਕ ਸਾਲ ਦਾ ਸਮਾਂ ਆ 2019 ਦੀਆਂ ਚੋਣਾਂ ਪਾਰਲਮੈਂਟ ਦੀਆਂ ਉਹਦੇ ਵਿੱਚ ਉਹ ਪੂਰਾ ਯੋਗਦਾਨ ਪਾਉਣਗੇ ਔਰ ਆਪਣੇ ਨੈੱਟ ਰਹੇ ਆਪਣੇ ਟੈਲਿਬੂਨਰ ਰਹੇ ਆਪਣੇ ਮਿੱਤਰਾਂ ਦੋਸਤਾਂ ਪਰਿਵਾਰਾਂ ਨੂੰ ਉਹ ਸਮਝਾ ਕੇ ਬਹੁਜਨ ਸਮਾਜ ਪਾਰਟੀ ਦੇ ਨੀਲੇ ਝੰਡੇ ਲਿਆਉਣਗੇ ਇਸ ਕਰਕੇ ਮੇਰਾ ਉਹਨਾਂ ਲਈ ਇਹੀ ਆ ਵੀ ਉਹ ਸਾਡੇ ਭਰਾ ਆ ਔਰ ਐਨਆਰਆਈ ਵੀਰ ਸਾਡਾ ਸਮਰਥਨ ਕਰਦੇ ਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੋ ਇਹ ਸੰ ਬੀਐਸਪੀ ਦੇ ਪ੍ਰਧਾਨ ਸ਼੍ਰੀ ਰਿਸ਼ਪਾਰ ਅਜੂ ਜੀ ਸੋ ਇਹਨਾਂ ਦਾ ਕਹਿਣਾ ਹੈ ਕਿ ਸੰਘਰਸ਼ ਬਿਲਕੁਲ ਜਾਰੀ ਰਹੇਗਾ ਜਿੰਨਾ ਚਿਰ ਤੱਕ ਇਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ